ਪਿਛਲੇ ਲੰਬੇ ਸਮੇਂ ਤੋਂ ਬਠਿੰਡਾ ਦੀਆਂ ਸੜਕਾਂ 'ਤੇ ਬੈਠੇ ਇਹ ਰਾਜਸਥਾਨੀ ਕਾਰੀਗਰ ਜੋ ਕਿ ਮੂਰਤੀਆਂ ਬਣਾਉਣ ਦਾ ਕੰਮ ਕਰਦੇ ਹਨ, ਦੇਵੀ ਦੇਵਤਿਆਂ ਦੀਆਂ ਜਿੱਥੇ ਮੂਰਤੀਆਂ ਬਣਾ ਕੇ ਆਪਣਾ ਪੇਟ ਭਰਦੇ ਹਨ, ਲੋਕਡਾਊਨ ਤੋਂ ਬਾਅਦ ਤਕਰੀਬਨ 4 ਮਹੀਨੇ ਬੀਤ ਗਏ ਨੇ, ਇਹਨਾਂ ਦਾ ਕੰਮ ਨਹੀਂ ਚੱਲ ਰਿਹਾ ਔਰ ਇਹ ਲੋਕ ਹੁਣ ਭੁੱਖ ਦੀ ਤਦਾਦ ਦੇ ਉੱਤੇ ਆਏ ਹੋਏ ਹਨ ਔਰ ਸਾਰੇ ਦਾ ਸਾਰਾ ਪਰਿਵਾਰ ਇਹ ਸੜਕਾਂ 'ਤੇ ਬੈਠ ਕੇ ਪਿਛਲੇ 16-17 ਸਾਲਾਂ ਤੋਂ ਕੰਮ ਕਰ ਰਿਹਾ ਹੈ। ਆਓ ਇਹ ਕੀ ਕਹਿੰਦੇ ਨੇ, ਕੀ ਮੰਗਦੇ ਨੇ ਸਰਕਾਰ ਤੋਂ ਅਤੇ ਲੋਕਾਂ ਤੋਂ, ਸੁਣਦੇ ਹਾਂ ਇਹਨਾਂ ਦੀ ਜ਼ੁਬਾਨੀ। ਬਠਿੰਡਾ ਕਿੰਨੀ ਦੇਰ ਸੇ ਯਹਾਂ ਕਾਮ ਕਰਤੇ ਹੋ ਔਰ ਕਹਾਂ ਸੇ ਹੋ ਆਪ? ਹਮ ਜੀ ਰਾਜਸਥਾਨ ਕੇ ਔਰ ਯਹਾਂ ਪੇ ਹੋ ਗਿਆ 15-16 ਸਾਲ ਹੋ ਗਿਆ ਵੋ ਜੀ। ਹਾਂ ਜੀ ਬਠਿੰਡਾ 15-16 ਸਾਲ ਹੋ ਗਿਆ। ਕਿਆ ਕਾਮ ਕਰਤੇ? ਬਸ ਇਹ ਮੂਰਤੀ ਬਣਾਤੇ, ਗਣੇਸ਼ ਜੀ ਕੀ ਹੈ, ਜਲਮ ਅਠਮੀ ਹੈ, ਇਹ ਮੂਰਤੀ ਕਾਮ ਕਰਤੇ। ਅਬ ਕੀ ਵਾਰ ਲੋਕਡਾਊਨ ਲੱਗ ਗਿਆ, ਜਿਸ ਕਰਕੇ 3-3.5 ਮਹੀਨਾ ਹੋ ਗਿਆ, ਤਾਂ ਬਹੁਤ ਪਰੇਸ਼ਾਨੀ ਹੈ ਵੀ ਕਿਆ ਕਰੇ। ਹਰ ਸਾਲ ਬੜੇ ਮੂਰਤੀ ਜ਼ਿਆਦਾ ਨਿਕਾਲਦੇ, ਅਬ ਕੀ ਵਾਰ ਘੱਟੀ ਮੂਰਤੀ ਨਿਕਾਲੀਏ, ਵੋ ਵੀ ਮਾਲ ਨਹੀਂ ਵਿਕ ਰਿਹਾ, ਕੋਈ ਗ੍ਰਾਹਕ ਵੀ ਨਹੀਂ ਆ ਰਿਹਾ, ਕਸਟਮਰ ਕੁਛ ਨਹੀਂ ਆ ਰਹੇ। ਜਲਮ ਅਠਮੀ ਕਾ ਤਾਂ ਜਲਮ ਅਠਮੀ ਕੋ ਕੁਛ ਨਹੀਂ ਬਣਾਇਆ ਹਮਨੇ ਬੋ ਜੀ, ਠੀਕ ਹੈ। ਅਭੀ ਬੁਰਾ ਹਾਲ ਹੈ, ਮਸਾਲਾ ਮਟੀਰੀਅਲ ਵੀ ਨਹੀਂ ਮਿਲ ਰਿਹਾ, ਰੰਗ ਪੇਂਟਿੰਗ ਵੀ ਬਹੁਤ ਮਹਿੰਗਾ ਹੋ ਗਿਆ ਅਭੀ ਅੱਜ ਕੱਲ੍ਹ। ਥੋੜ੍ਹਾ ਬਹੁਤ ਪੜ੍ਹਾ ਤਾਂ ਉਸਮੇ ਤੋਂ ਇਹ ਕਰਕੇ ਟਾਈਮ ਪਾਸ ਕਰ ਰਹੇ ਜੀ। ਦੇਖੋ ਕਿਆ ਚਾਹਤੇ ਹੋ, ਕਿਆ ਹੋਣਾ ਚਾਹੀਏ? ਬਸ ਹੋਣਾ ਚਾਹੀਏ ਜੀ ਬਾਬੂ ਜੀ, ਦੇਖੋ ਕਿ ਸਰਕਾਰ ਕੇ ਤਰਫ ਸੇ ਕੋਈ ਮਦਦ ਕਰ ਸਕੇ ਤਾਂ ਅੱਛੀ ਬਾਤ ਹੈ ਜੀ। ਹੋਰ ਲੋਕ ਹੈ ਤਾਂ ਗਣੇਸ਼ ਜੀ ਕੀ ਪੂਜਾ ਹੈ ਤਾਂ ਹਰ ਸਾਲ ਬੈਠੇ ਤੇ ਸਬਸੇ ਬੜਾ ਗਣੇਸ਼ ਜੀ ਹੈ ਤਾਂ ਉਸਕੋ ਗਣੇਸ਼ ਜੀ ਕੋ ਤਾਂ ਤਿਉਹਾਰ ਪੇ ਮਾਨਾ ਜਾਤਾ ਹੈ, ਤਾਂ ਹਮਾਰੇ ਹੱਥ ਜੋੜ ਕੇ ਬੇਨਤੀ ਹੈ ਲੋਕੋ ਸੇ, ਤੋ ਗਣੇਸ਼ ਜੀ ਬੈਠਾਏ ਔਰ ਪੂਜਾ ਕਰੀਏ ਆਪਣੀ, ਔਰ ਆਪ ਸਫਲ ਹੋਈਏ। ਬਸ ਇਹ ਹਮਾਰੇ ਜੀ ਕਹਿਣਾ ਹੈ ਬਾਬੂ ਜੀ।